वॉचिंग NC7 न्यूज, हर खबर ते नजर। ਉਂਝਦਾ ਪੰਜਾਬ ਸਕੂਲ ਸਿੱਖਿਆ ਬੋਰਡ ਆਪਣੇ ਵੱਖਰੇ ਕਾਰਨਾਮਿਆਂ ਕਾਰਨ ਸੁਰਖੀਆਂ ਵਿੱਚ ਰਹਿੰਦਾ ਹੈ, ਪਰ ਹੁਣ ਤਾਜ਼ਾ ਮਾਮਲੇ ਨੇ ਹੱਦ ਹੀ ਕਰ ਦਿੱਤੀ। ਸੰਗਰੂਰ ਦੇ ਸਰਕਾਰੀ ਸਕੂਲ ਵਿੱਚ ਸਿੱਖਿਆ ਵਿਭਾਗ ਨੇ ਅੱਤ ਦੀ ਗਰਮੀ ਦੇ ਸਮੇਂ ਵਿੱਚ ਸਰਦੀਆਂ ਦੀਆਂ ਵਰਦੀਆਂ ਭੇਜ ਦਿੱਤੀਆਂ ਨੇ। ਜੀ ਹਾਂ, ਇਹ ਭਾਗਾ ਵਾਲਾ ਸਕੂਲ ਪਿੰਡ ਫਤਿਹਗੜ੍ਹ ਛੰਨਾ ਵਿੱਚ ਪ੍ਰਾਇਮਰੀ ਸਕੂਲ ਹੈ। ਇੱਥੇ ਪੜ੍ਹਦੇ ਵਿਦਿਆਰਥੀਆਂ ਨੂੰ ਜਦੋਂ ਸਰਦੀਆਂ ਦੀਆਂ ਵਰਦੀਆਂ ਮਿਲੀਆਂ ਤਾਂ ਸਭ ਦੇ ਹੋਸ਼ ਉੱਡ ਗਏ। ਇੰਨਾ ਹੀ ਨਹੀਂ, ਜਿਹੜੀਆਂ ਵਰਦੀਆਂ ਆਈਆਂ ਉਹ ਵੀ ਪੂਰੀਆਂ ਨਹੀਂ ਸਨ। ਰੋਹ ਵਿੱਚ ਆਏ ਵਿਦਿਆਰਥੀਆਂ ਦੇ ਮਾਪਿਆਂ ਨੇ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਹੈ। ਕਿ ਲੇਟ ਆ ਜੀ, ਸਰਦੀ ਦੇ ਦਸੰਬਰ ਦੇ ਵਿੱਚ ਮਿਲਣੀਆਂ ਚਾਹੀਦੀਆਂ ਸੀਗੀਆਂ, ਹਰ ਸਾਲ ਦਸੰਬਰ ਵਿੱਚ ਮਿਲਦੀਆਂ। ਉਹ ਜਿਹੜੀਆਂ ਵਰਦੀਆਂ ਗਰਮੀਆਂ ਦੇ ਵਿੱਚ ਮਿਲੀਆਂ, ਔਰ ਸਾਈਜ਼ ਕੋਟੀ ਦਾ ਸਾਈਜ਼ ਬੱਚੇ ਨੇ ਮੈਨੂੰ ਨਹੀਂ ਲੱਗਦਾ ਕਿ ਪੰਜਵੀਂ ਵਾਲੇ ਦਾ ਕਿਸੇ ਮੇਚ ਆ ਜੂਗਾ। ਸਾਨੂੰ ਪਹਿਲਾਂ ਤਾਂ ਸਰਕਾਰ ਦੀ ਨਲਾਇਕੀ ਤੇ ਬਹੁਤ ਗੁੱਸਾ ਜੀ। ਜਿਹੜੀਆਂ ਵਰਦੀਆਂ ਬੱਚਿਆਂ ਨੂੰ ਸਾਨੂੰ ਮਿਲਣੀਆਂ ਚਾਹੀਦੀਆਂ ਸੀ ਸਰਦੀਆਂ ਦੇ ਵਿੱਚ, ਉਹ ਸਾਨੂੰ ਅੱਜ ਗਰਮੀਆਂ 'ਚ ਮਿਲੀਆਂ ਨੇ। ਕਿਉਂਕਿ ਬੱਚੇ ਸਰਦੀਆਂ ਦੇ ਵਿੱਚ ਠੋਰ ਠੋਰ ਕਰਦੇ ਆਉਂਦੇ ਆ, ਇਹ ਉਹਨਾਂ ਗਰੀਬ ਮਾਪਿਆਂ ਦੇ ਬੱਚੇ ਨੇ ਜਿਹੜੇ ਦਿਹਾੜੀ ਕਰਦੇ ਆ ਜਾਂ ਕੋਈ ਫੈਕਟਰੀਆਂ ਦੇ ਵਿੱਚ 3500 4000 ਕਮਾਈ ਆ ਜਿਹਨਾਂ ਦੀ। ਜਿਹੜੇ ਕੋਈ ਰਿਚਮੈਨ ਨੇ ਉਹਨਾਂ ਦੇ ਬੱਚੇ ਤਾਂ ਮਾਡਲ ਸਕੂਲਾਂ 'ਚ ਪੜ੍ਹਦੇ ਨੇ, ਇਹ ਸਾਡੇ ਦਲਿਤਾਂ ਦੇ ਦਿਹਾੜੀਦਾਰ ਬੱਚਿਆਂ ਦੇ ਬੱਚੇ ਨੇ ਮਾਪਿਆਂ ਦੇ, ਨਾ ਤਾਂ ਉਹ ਵਰਦੀਆਂ ਲੈ ਕੇ ਦੇ ਸਕਦੇ ਨੇ। ਡਰਾਮੇਬਾਜ਼ੀ ਬਹੁਤ ਕਰਦੀਆਂ ਸਰਕਾਰਾਂ, ਪਰ ਦਿੱਤਾ ਕੁਛ ਨਹੀਂ। ਆਹ ਹੁਣ ਅਸੀਂ ਆਏ, ਸਾਨੂੰ ਪਤਾ ਲੱਗਿਆ, ਅਸੀਂ ਆਏ ਦੇਖਿਆ ਕਿ ਪਹਿਲਾਂ ਕੱਪੜੇ ਦੀ ਕੁਆਲਿਟੀ ਦੇਖੋ। ਅਗਰ ਜਿਹੜੇ ਕਿਸੇ ਡਿਪਾਰਟਮੈਂਟ ਵੱਲੋਂ ਜਾਂ ਜਿਹੜੇ ਕਿਸੇ ਆਫੀਸਰ ਵੱਲੋਂ ਆਏ ਨੇ, ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਵੀ ਕੀ ਤੁਸੀਂ ਆਪਣੇ ਬੱਚੇ ਨੂੰ ਇੱਦਾਂ ਦੀਆਂ ਵਰਦੀਆਂ ਪਵਾਉਂਦੇ ਹੋ ਤੇ ਇੰਨੀ ਘਟੀਆ ਕੁਆਲਿਟੀ ਹੈ। ਔਰ ਜਿਹੜੇ ਪੰਜਵੀਂ ਵਾਲੇ ਬੱਚੇ ਨੇ ਉਹਨਾਂ ਨੂੰ ਸਿਰਫ ਨਰਸਰੀ ਜਾਂ LKG UKG ਵਾਲੇ ਟਾਈਪ ਦੀਆਂ ਨਾਪਦੀਆਂ ਵਰਦੀਆਂ ਨੇ। ਕੀ ਤੁਸੀਂ ਵਿਦੇਸ਼ 'ਚ ਆਪਣਾ ਕਰੀਅਰ ਬਣਾਉਣਾ ਚਾਹੁੰਦੇ ਹੋ? ਕੀ ਤੁਹਾਨੂੰ ਇੰਗਲਿਸ਼ ਬੋਲਣ 'ਚ ਪਰੇਸ਼ਾਨੀ ਹੋ ਰਹੀ ਹੈ? ਤਾਂ ਅੱਜ ਹੀ ਜੁਆਇਨ ਕਰੋ ਲਰਨਿੰਗ ਪੁਆਇੰਟ IELTS ਐਂਡ ਇਮੀਗ੍ਰੇਸ਼ਨ ਇੰਸਟੀਟਿਊਟ ਤੇ 6 to 8 ਬੈਂਡ ਦੀ ਗਾਰੰਟੀ, ਬੈਂਡ ਨਾ ਆਉਣ ਤੇ ਪੂਰੀ ਫੀਸ ਵਾਪਸ। ਦੈਨ ਵਿਜ਼ਿਟ ਟੂ ਲਰਨਿੰਗ ਪੁਆਇੰਟ ਇੰਸਟੀਟਿਊਟ, ਬੈਂਕ ਬਾਜ਼ਾਰ ਓਪੋਜ਼ਿਟ HDFC ਬੈਂਕ ਰਾਮਪੁਰਾ ਫੂਲ ਐਂਡ ਬਰਨਾਲਾ ਰੋਡ ਨੀਅਰ ਪੰਜਾਬ ਐਂਡ ਸਿੰਧ ਬੈਂਕ ਬਿਲਾਸਪੁਰ। ਹੋਰ ਜਾਣਕਾਰੀ ਲਈ ਸੰਪਰਕ ਕਰੋ ਰਾਮਪੁਰਾ ਫੂਲ ਦੇ ਨੰਬਰ 9517190016 ਅਤੇ ਬਿਲਾਸਪੁਰ ਦੇ ਨੰਬਰ 8559044004 ਤੇ। You are watching NC7 News. To give advertisement for flash ad, video ad and paid stories on this channel, contact us on 9855858559. You are watching NC7 News, har khabar te nazar.